ਕੈਂਬਰੀਅਨ ਕਾਲਜ ਵਾਲੇ ਕੈਂਡੀਡੇਟਸ ਧਿਆਨ ਦੇਣ ਦੋਸਤੋ, ਅਟੈਸਟੇਸ਼ਨ ਲੈਟਰ ਇਸ਼ੂ ਨਹੀਂ ਹੋਊਗੀ। ਸੋ ਜਿਨ੍ਹਾਂ ਨੇ ਆਪਦੀ ਫੀਸ ਸਬਮਿਟ ਕੀਤੀ ਹੋਈ ਸੀ ਉਹ ਰੀਫੰਡ ਪਾ ਸਕਦੇ ਹੋ। ਰੀਫੰਡ ਪਾਲਿਸੀ ਉਹਨਾਂ ਦੀ $200 ਕੱਟ ਕੇ ਬਾਕੀ ਸਾਰੇ ਦੀ ਸਾਰੀ ਫੀ ਰੀਫੰਡ ਕਰ ਦਿੱਤੀ ਜਾਊਗੀ। ਪੀ ਜੀ ਡਿਪਲੋਮਾ ਦੇ ਵਿੱਚ ਕਈ ਇਹੋ ਜਿਹੇ ਕੋਰਸਿਸ ਨੇ ਜੋ ਯੂਨੀਵਰਸਿਟੀ ਆਫ ਅਲਗੋਮਾ ਐਂਡ ਹੋਰ ਵੀ ਕਈ ਕਾਲਜਿਸ ਦੇ ਵਿੱਚ ਅੰਡਰ ਜਿਨ੍ਹਾਂ ਨੇ ਬੱਚਿਆਂ ਨੇ ਆਪਦੇ ਕੋਰਸਿਸ ਚੁਣੇ ਸੀ ਇੱਕ ਇੱਕ ਸਾਲ ਦੇ, ਉਹਨਾਂ ਵਿੱਚ ਵੀ ਅਟੈਸਟੇਸ਼ਨ ਲੈਟਰਸ ਇਸ਼ੂ ਨਹੀਂ ਹੋਣਗੀਆਂ। ਕਾਰਨ ਫੋਕਸ ਆ ਯੂਨੀਵਰਸਿਟੀਜ਼ ਅਤੇ ਗੌਰਮੈਂਟ ਆਫ ਅੰਟਰੀਓ ਦਾ ਕਿ ਦੋ ਦੋ ਸਾਲ ਦੇ ਕੋਰਸ ਹੀ ਬੱਚੇ ਲੈ ਕੇ ਆਉਣ ਤਾਂ ਜੋ ਉਹਨਾਂ ਨੂੰ 3 ਸਾਲ ਦਾ ਪੀ ਜੀ ਡਬਲਿਊ ਪੀ ਮਿਲੇ ਅਤੇ ਉਹਨਾਂ ਕੋਲ ਗੁੱਡ ਇਨਫ ਟਾਈਮ ਹੋਵੇ ਆਪਦੀ ਪਰਮਾਨੈਂਟ ਰੈਜੀਡੈਂਸੀ ਨੂੰ ਪ੍ਰੋਸੈਸ ਕਰਨ ਦਾ। ਸੋ ਦੋਸਤੋ, ਇਸ ਵਕਤ ਜਿਹੜਾ ਆਉਣ ਵਾਲਾ ਸਮਾਂ ਵਾ ਉਹ ਹੁਣ ਥੋੜ੍ਹਾ ਜਿਹਾ ਤੁਹਾਨੂੰ ਵਾਚ ਕੇ ਸੋਚ ਕੇ ਆਪਦਾ ਅਗਲਾ ਸਟੈਪ ਚੱਕਣਾ ਹੋਊਗਾ। ਤੁਸੀਂ ਆਪਦਾ ਪ੍ਰੋਫਾਈਲ, ਆਪਦਾ ਕੇਸ ਕਿਸ ਇਮੀਗ੍ਰੇਸ਼ਨ ਐਜੂਕੇਸ਼ਨ ਕੰਸਲਟੈਂਟ ਹੱਥ ਦਿੰਦੇ ਹੋ ਤਾਂ ਜੋ ਉਹ ਤੁਸੀਂ ਇਸ ਚੀਜ਼ ਦੀ ਚੋਣ 'ਤੇ ਧਿਆਨ ਦੇਣਾ। ਕਿਉਂ? ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਜ਼ਰੂਰੀ ਆ ਇਸ ਚੀਜ਼ ਵੱਲ ਗੌਰ ਕਰਨੀ ਕਿ ਤੁਹਾਡਾ ਬੇਸ ਇੰਡੀਆ ਤੋਂ ਸੈੱਟ ਹੋ ਕੇ ਆਉਣਾ, ਤੁਸੀਂ ਕਿਹੋ ਜਿਹਾ ਕੋਰਸ, ਕਿਹੋ ਜਿਹਾ ਕਾਲਜ, ਕਿਹੋ ਜਿਹੀ ਯੂਨੀਵਰਸਿਟੀ, ਕਿਹੜਾ ਪ੍ਰੋਵਿੰਸ ਚੁਣ ਰਹੇ ਹੋ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕਿੱਦਾਂ ਪਰਮਾਨੈਂਟ ਰੈਜੀਡੈਂਸੀ ਤੱਕ ਪਹੁੰਚੋਗੇ, ਇਹ ਉਹੀ ਐਜੂਕੇਸ਼ਨ ਕੰਸਲਟੈਂਟ ਤੁਹਾਨੂੰ ਦੱਸ ਸਕੂਗਾ ਜਿਹਦੇ ਕੋਲ ਇਹਦੀ ਇਨਫੋਰਮੇਸ਼ਨ ਹੋਊਗੀ। ਸੋ ਕੁਰਸੀਆਂ ਮੇਜ਼ ਖਰੀਦ ਕੇ ਸਿਰਫ ਖੋਲ੍ਹੇ ਗਏ ਜਿਹੜੇ ਆਫਿਸਿਸ ਨੇ, ਮੇਰੀ ਬੇਨਤੀ ਉਹਨਾਂ ਨੂੰ, ਹਰੇਕ ਇਨਸਾਨ ਆਜ਼ਾਦ ਆ ਕੰਮ ਖੋਲ੍ਹਣ ਲਈ, ਪਰ ਇਸ ਕੰਮ ਨੂੰ ਸਿੱਖਣ ਦੇ ਲਈ ਵੀ ਹੁਣ ਮਿਹਨਤ ਕਰੀਏ। CIC ਨੂੰ ਪੜ੍ਹਨਾ ਸ਼ੁਰੂ ਕਰੀਏ, ਰੂਲਸ ਐਂਡ ਰੈਗੂਲੇਸ਼ਨਸ 'ਤੇ ਵਰਕਆਊਟ ਕਰਨਾ ਸ਼ੁਰੂ ਕਰੀਏ, ਰੈਗੂਲਰਲੀ ਅਪ ਟੂ ਡੇਟ ਰਹੀਏ ਕਿੱਥੇ ਕਿਹੜਾ ਪ੍ਰੋਗਰਾਮ ਬੰਦ ਹੋ ਰਿਹਾ, ਕਿਹੜਾ ਪ੍ਰੋਗਰਾਮ ਖੁੱਲ੍ਹ ਰਿਹਾ। ਜ਼ਿਆਦਾ ਪੈਨਿਕ ਉਦੋਂ ਹੀ ਕ੍ਰੀਏਟ ਹੁੰਦਾ ਜਦੋਂ ਖਾਸ ਕਰਕੇ ਜਿਹੜੇ ਲੋਕ ਦਿਸ਼ਾ ਨਿਰਦੇਸ਼ ਜਿਨ੍ਹਾਂ ਨੇ ਦੇਣੇ ਨੇ ਆਪਦੇ ਕੈਂਡੀਡੇਟਸ ਨੂੰ ਜਾਂ ਆਪਦੇ ਕਲਾਇੰਟਸ ਨੂੰ, ਉਹ ਵਿਚਾਰੇ ਆਪ ਹੀ ਆਪਾਂ ਕਹਿ ਦਈਏ ਕਿ ਉਹਨਾਂ ਕੋਲ ਹੀ ਇਨਫੋਰਮੇਸ਼ਨ ਉਸ ਚੀਜ਼ ਬਾਰੇ ਘੱਟ ਹੁੰਦੀ ਆ, ਅਤੇ ਫਿਰ ਉਹ ਇਹੋ ਜਿਹਾ ਪੈਨਿਕ ਕ੍ਰੀਏਟ ਕਰ ਦਿੰਦੇ ਨੇ ਕਿ PR ਨਹੀਂ ਹੋਣਾ ਜੀ, ਪਰਮਾਨੈਂਟ ਰੈਜੀਡੈਂਸੀ ਮਿਲਣੀ ਨਹੀਂ। ਅੱਜ ਵੀ ਇਹੋ ਜਿਹੇ ਕੋਰਸਿਸ ਨੇ, ਅੱਜ ਵੀ ਇਹੋ ਜਿਹੇ ਡਰਾਅ ਨੇ ਜਿਹੜੇ 422 ਦੇ ਨਿਕਲੇ ਹੋਏ ਨੇ, ਜਿਨ੍ਹਾਂ ਵਿੱਚ ਹੈਲਥ ਕੇਅਰ ਨਾਲ ਰਿਲੇਟਡ ਕੋਰਸਿਸ ਨੇ, ਇੱਕ ਇੱਕ ਸਾਲ ਦੇ ਐਕਸਪੀਰੀਅੰਸ ਉੱਥੇ ਪਰਮਾਨੈਂਟ ਰੈਜੀਡੈਂਸੀ ਪੈ ਜਾਣੀ ਆ। ਪਰ ਪਤਾ ਕਿੱਦਾਂ ਲੱਗੂਗਾ? ਪਤਾ ਉਹਨੂੰ ਹੀ ਲੱਗੂਗਾ ਜਿਹੜਾ ਐਜੂਕੇਸ਼ਨ ਕੰਸਲਟੈਂਟ ਰੈਗੂਲਰਲੀ ਇਨ ਟੱਚ ਆ ਕੈਨੇਡੀਅਨ ਗਵਰਨਮੈਂਟ ਦੇ ਨਾਲ, ਰੂਲਸ ਐਂਡ ਰੈਗੂਲੇਸ਼ਨਸ ਦੇ ਨਾਲ, ਜਿਹਦਾ ਆਪਦਾ ਸਿਸਟਮ ਆ ਕੈਨੇਡਾ ਦੇ ਵਿੱਚ ਵੀ ਔਨ ਸ਼ੋਰ ਕੈਂਡੀਡੇਟਸ ਨਾਲ ਰੈਗੂਲਰ ਇਨ ਟੱਚ ਰਹਿੰਦਾ। ਉਸ ਤੋਂ ਬਾਅਦ ਉਹ ਆਪਦੇ ਇੰਡੀਆ ਦੇ ਆਫਿਸਿਸ ਨੇ ਉਹਨਾਂ ਨੂੰ ਰੈਗੂਲਰ ਟ੍ਰੇਨਿੰਗ ਦਿੰਦਾ, RCIC ਮੈਂਬਰਸ ਦੀ ਟੀਮ ਆ ਜੋ ਉਹਨਾਂ ਨੂੰ ਰੈਗੂਲਰ ਗਾਈਡ ਕਰਦੀ ਆ। ਸੋ ਦੋਸਤੋ, ਚੋਣ ਜਿਹੜੀ ਐਜੂਕੇਸ਼ਨ ਕੰਸਲਟੈਂਟ ਦੀ ਆ